तोपे स्वामी मानस की गत गत संत का मार्ग धर्म की पौड़ी कोवड पागी पाए कोट जन्म के किल विखना से हर चरणी चित लाए तेरे कवन कवन गुण कह कह गावा तू साहेब गुने निदाना तुमरी महिमा वर्णना सको तू ठाकर उच भगवान धन गुरु नानक धन गुरु नानक एक ओंकार सतनाम करता हा पुरख निर्भव निर्वैर काल मूर्ति अयुगी सैभम गुर प्रसाद जप आद सच जुगाद सच है भी सच नानक होसी पी सच इको ओंकार सतनाम करता पुरख निर्भव प्रसाद जप आद सच जुगाद सच है पी सच नानक होशी पी सच ओंकार सतनाम करता पुरख निर्भव निर्वैर अकाल मूरत आयुनी सैभं गुर प्रसाद जप आद सच जुगाद सच है सच नानक होसी पी सच ओंकार सतनाम करता पुरख निर्भव निर्वैर अकाल मूरत अयुनी सैभं गुर प्रसाद जप आद सच जुगाद सच है पी सच नानक होसी पी सच धन गुरु नानक 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 धन गुरु नानक
ਤਨ ਗੁਰੂ ਨਾਨਕ ਧੰਨ 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 ਗੁਰੂ ਨਾਨਕ ਗੁਰੂ ਦੇ ਚਰਨਾਂ ਵਿੱਚ ਜੁੜੀ ਹੋਈ ਸਾਧ ਸੰਗਤ ਪਿਆਰੇ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਉਹਨਾਂ ਦਾ ਬਰਸੀ ਦਾ ਸਮਾਗਮ ਹੈ। ਕਈ ਸਾਲਾਂ ਤੋਂ ਬਾਬਾ ਜੀ ਦੇ ਹੁੰਦਿਆਂ ਇੱਥੇ ਬਰਸੀ ਦੀ ਸ਼ੁਰੂਆਤ ਹੋਈ। ਇਹ ਦਿਹਾੜੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਜੋ ਦਰਗਾਹ ਨੂੰ ਗਏ ਨੇ, ਤੀਸਰੇ ਦਿਨ ਬਾਬਾ ਜੀ ਦੀ ਪਾਲਕੀ ਜਲ ਪ੍ਰਵਾਹ ਕੀਤੀ ਗਈ ਸੀ। ਮਹਾਂਪੁਰਸ਼ ਸਰੀਰ ਦੀਆਂ ਹੁੰਦਿਆਂ ਵੀ ਕਰਾਮਾਤਾਂ ਨੇ, ਮਰਨ ਤੋਂ ਬਾਅਦ ਸੱਚਖੰਡ ਜਾਣ ਤੋਂ ਬਾਅਦ ਵੀ ਕਰਾਮਾਤ, ਸਾਰੀ ਦੁਨੀਆ ਪੁਕਾਰਦੀ ਪਈ ਬਾਬਾ ਜੀ ਨੂੰ, ਆਂਸੂ ਅੱਖਾਂ ਦੇ ਵਿੱਚ ਨੇ ਕਿ ਮਹਾਂਪੁਰਸ਼ ਵਿਛੋੜਾ ਦੇ ਕੇ। ਸੰਗਤ ਇੰਨੀ ਹੈ ਨਾਨਕ ਸਾਹਿਬ ਤੋਂ ਲੈ ਕੇ ਹਰੀ ਕੇ ਤੱਕ, ਇਹ ਹੈ ਸੰਨ 63 ਦਾ ਬੈਠਾ। ਬਹੁਤ ਸਮਾਂ ਹੋ ਗਿਆ ਹੈ। ਸੰਨ 63 50-60 ਸਾਲ ਦੇ ਕਰੀਬ ਸਮਾਂ ਹੋ ਗਿਆ। ਕਈਆਂ ਨੇ ਨਹੀਂ ਦੇਖਿਆ ਹੋਣਾ, ਦਾਸ ਦੀ ਵੀ ਉਮਰ ਉਦੋਂ 4 ਸਾਲ ਦੀ ਸੀ ਜਦੋਂ ਇਹ ਸੜਕ ਫੁੱਲ ਭਰੀ ਹੋਈ ਸੀ। ਉਸ ਤੋਂ ਬਾਅਦ ਕਦੋਂ ਭਰੀ? ਜਦੋਂ ਬਾਬਾ ਕੁੰਦਨ ਸਿੰਘ ਜੀ ਦਰਗਾਹ ਨੂੰ ਗਏ। ਇਹ ਉਹ 63 ਦਾ ਬਚਨ ਹੈ। ਇਹ ਬਚਨ ਬਾਬਾ ਜੀ ਦਾ 17-18 ਸਾਲ ਦਾ ਹੈ। 2002 ਵਿੱਚ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜਦੋਂ ਦਰਗਾਹ ਨੂੰ ਗਏ, ਉਸ ਸਮੇਂ ਦਾ ਹੈ। ਇਹਨੂੰ 17-18 ਸਾਲ, ਇਹ ਤਾਂ ਕਈ ਗੁਰਮੁਖਾਂ ਨੇ ਇਸ ਕੌਤਕ ਦੇ ਦਰਸ਼ਨ ਕੀਤੇ ਆ। ਇਹ ਵੀ ਦਰਸ਼ਨ ਦੁਰਲੱਭ ਹੁੰਦੇ। ਦੁਨੀਆ ਨੂੰ ਰੋਵੇ ਤਾਂ ਨਹੀਂ ਚੰਗਾ ਗਿਣਿਆ ਜਾਂਦਾ। ਜੇ ਮਹਾਂਪੁਰਖ ਯਾਦ ਆਉਣ ਤੇ ਰੋਈਏ ਤੇ ਭਗਤੀ ਬਣ ਜਾਂਦੀ। ਦੁਨੀਆ ਦੇ ਮਰਿਆ ਨੂੰ ਰੋਈਏ ਤੇ ਭਗਤੀ ਵਿਗੜ ਜਾਂਦੀ ਕਿ ਝੂਠੇ ਸੰਸਾਰ ਨੂੰ ਕਿਉਂ ਰੋਣਾ। ਝੂਠੇ ਸੰਸਾਰ ਨੂੰ ਕਿਉਂ ਰੋਣਾ?
तेरी भगती बिगड़ जाएगी। सच्चे साधु महापुरख नानक नाम जपा के जोगी चले गए आखो से। पुलिया नु रस्ते पाके जोगी चले गए। गुरु नानक नाम जपा के जोगी चले गए। दरगाह नु चले गए महापुरुख। नानक नाम जपा के जोगी चले गए। नानक नाम जपा के जोगी चले गए। रो रही है याद कर दिए। जेड़ा दर्शन कर लेगा ना इस ऐसी संगत दे वो भी बख्शा जाए क्योंकि रब दी संगत है साधु दी संगत है। साधु संग मुख उजल होत। साध संग मल सगड़ी खोत। मैली चढ़ी जाती सारी मूह धोता जाता है। जे कि ऐसी साध संगत दे महापुरखा की संगत दे दर्शन कर लीए तो ये जड़िया बखीरा सी बाबा कुंदन सिंह जी की पालकी इथे आई। सच्चे महापुरखा दी सच्ची साध संगत अखियां चो नीर बहा रही सी। ते जेड़ा दर्शन करता सी बड़ भागी हो जाता सी। ते ऐसी संगत जिस थां ते लंघ जे उतर जे खड़ जे धरती दे पाप तो ते नानक साहब तो लैके हरिकियां तक रोड़ ही पवित्र करता। महापुरखां ने सच खड़ जाण तो बाद धन बाबा ईश्वर सिंह जी धन बाबा कुंदन सिंह जी कहिंदे पहली वैरी आ हरि किया वाला पत्तन जेड़ा है ना कि आना जाना बंद होया। डांगड़ा तक कई वारी हरि का पत्तन बंद किया होगा।
ਡਰਾ ਕੇ ਇਹ ਹਰੀਕਿਆ ਦਾ ਪੱਤਨ ਰੋਡ ਬੰਦ ਕੀਤਾ ਕਈ ਦਿਨ। ਪਰ ਮਹਾਂਪੁਰਸ਼ਾਂ ਦੀ ਸੰਗਤ ਨੇ ਜਦੋਂ ਬੰਦ ਕੀਤਾ ਤੇ ਲੋਕ ਹੈਰਾਨ ਹੋ ਗਏ, ਐਸਾ ਕਿਹੜਾ ਮਹਾਂਪੁਰਖ ਹੈ, ਇਹ ਰਸਤੇ ਹੀ ਬੰਦ ਹੋ ਗਏ ਨੇ, ਰੋਡ ਹੀ ਬੰਦ ਹੋ ਗਏ ਨੇ, ਐਡਾ ਪਿਆਰ ਕਲਯੁਗ ਦੇ ਵਿੱਚ ਉਛੜਾਇਆ ਮਹਾਂਪੁਰਖਾਂ ਪਿੱਛੇ। ਦੁਨੀਆਂ ਨੂੰ ਚਾਰ ਕੁ ਦਿਨ ਰੋਂਦੀ, ਗਿਣਤੀ ਦੇ ਰਿਸ਼ਤੇਦਾਰ ਆਉਂਦੇ, ਇੱਥੇ ਤਾਂ ਮਹਾਂਪੁਰਖ ਬਾਬਾ ਦਇਆ ਸਿੰਘ ਜੀ ਆਏ, ਉਹਨਾਂ ਦਾ ਸਥਾਨ ਨੇੜੇ ਸੀ ਵੀ ਬਾਬਾ ਕੁੰਦਨ ਸਿੰਘ ਦੇ ਅੰਤਿਮ ਦਰਸ਼ਨ ਕਰ ਲਈਏ। ਉਹ ਸਰੀਰ ਸਾਧੂ ਦਾ ਜਿਹੜਾ ਰੱਬ ਨੂੰ ਮਿਲਿਆ ਹੋਇਆ, ਜਿਹਦੇ ਦਰਸ਼ਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੱਸਣਗੇ, ਗੁਨਾਹਾਂ ਤਿਸਕੇ ਸਗਲੇ ਆਪੂ ਤੇਰੇ ਜਨ ਦੇਖੇ ਦੀਦਾਰ। ਹੇ ਪਰਮਾਤਮਾ, ਜੇ ਤੇਰੇ ਮਹਾਂਪੁਰਖ ਦੇ ਦਰਸ਼ਨ ਕਰ ਲਈਏ ਤੇ ਸਾਰੇ ਔਗਣ ਮਾਂ ਆਪੂ ਖਤਮ, ਅਭੂ ਰਫੂ ਦਫੂ ਹੋ ਜਾਂਦਾ ਸਾਰਾ ਹੀ ਕਾਰ। ਗੁਨਾਹ ਤਿਸਕੇ ਸਗਲ ਆਪੂ ਤੇਰੇ ਜਨ ਦੇਖੇ ਦੀਦਾਰ। ਐਡਾ ਦਰਸ਼ਨ ਦਾ ਫਲ, ਕਹਿੰਦੇ ਨੇ ਕਰੋੜਾਂ ਜਨਮਾਂ ਦੀ ਕੋਟ ਪਰਾਧੀ ਸੰਤ ਸੰਗ ਉਧਰੇ ਜਮ ਤਾਂ ਕੇ ਨੇੜੇ ਆਵੇ। ਗੁਰੂ ਅਰਜਨ ਦੇਵ ਜੀ ਕਹਿੰਦੇ ਆ ਮੇਰਿਆ ਮਨਾ, ਆ ਮਹਾਂਪੁਰਖ ਇਹੋ ਜਿਹੇ ਬਾਬਾ ਈਸ਼ਰ ਸਿੰਘ ਮਹਾਰਾਜ ਵਰਗੇ ਇਸ ਧਰਤੀ ਤੋਂ ਉਹਨਾਂ ਦਾ ਅੰਤਮ ਸਰੀਰ ਲੰਘਿਆ, ਬਾਬਾ ਕੁੰਦਨ ਸਿੰਘ ਜੀ ਦੇ ਪਿਆਰ ਵਾਲੀਆਂ ਸੰਗਤਾਂ, ਗੁਰੂ ਅਰਜਨ ਦੇਵ ਜੀ ਖੁਦ ਸਾਡੇ ਪੰਜਵੇਂ ਗੁਰੂ ਪਿਆਰ ਚ ਉਛੜ ਕੇ ਕੀ ਕਹਿੰਦੇ ਆ, ਮਨ ਮੇਰੇ ਤਿਨ ਕੀ ਓਟ ਲਏ, ਹੇ ਮੇਰਿਆ ਮਨਾ ਉਹਨਾਂ ਦੀ ਓਟ ਲੈ ਲਾ, ਆਸਰਾ ਲੈ ਲਾ, ਉਹ ਤੂੰ ਮਰੇਗਾ ਨੀ, ਡੁੱਬੇਗਾ ਨੀ, ਕਿਤੇ ਨੀ ਜਾਏਗਾ, ਸੰਤਾਂ ਦੀ ਓਟ ਲੈ ਲਾ। ਬੜੇ ਲੋਕ ਸਾਧੂ ਸੰਤਾਂ ਦੇ ਖਿਲਾਫ ਬੋਲਦੇ ਆ, ਡੇਰਿਆਂ ਦੇ ਖਿਲਾਫ ਬੋਲਦੇ ਆ, ਉਹ ਝੱਲੇ ਨੇ ਮੂਰਖ ਨੇ, ਨਾਮ ਜਪਣ ਵਾਲੀਆਂ ਥਾਵਾਂ ਪਵਿੱਤਰ ਥਾਵਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਉਹ ਮੂਰਖ ਲੋਕ ਇਹਦੇ ਡੇਰੇ ਪਖੰਡੀਆਂ ਦੇ। ਤੁਹਾਨੂੰ ਪਤਾ ਨੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਪਵਿੱਤਰ ਥਾਵਾਂ ਨੇ ਸਾਧੂਆਂ ਦੀਆਂ, ਜਿੱਥੇ ਬਹਿੰਦੇ ਆ, ਜਿੱਥੇ ਬੈਸਣ ਸਾਧ ਜਾਣ, ਸੋ ਥਾਣ ਸੁਹੰਦਾ ਜਾ ਉਸ ਥਾਂ ਦੀ ਧੂੜ ਦਾ ਮੱਥੇ, ਤੂੰ ਕਹਿੰਦਾ ਡੇਰੇ ਬਾਬਿਆਂ ਦੇ ਜਿਨ੍ਹਾਂ ਦੇ ਹੈ ਭਾਈ ਹੋਣਗੇ, ਪਰ ਰੱਬ ਦੇ ਪਿਆਰਿਆਂ ਦੀਆਂ ਥਾਵਾਂ ਤਾਂ ਕਿਤੇ ਲੱਭ ਜਾਣ, ਜਾਣੀ ਜਿੰਦੀ ਦੇ ਦਿਓ, ਜਾਣੀ ਵਾਰ ਦਿਓ, ਕਹੋ ਇਹ ਮੈਂ ਥਾਂ ਛੱਡਣੀ ਨਹੀਂ ਜ਼ਿੰਦਗੀ ਚ, ਮੈਨੂੰ ਮਿਲ ਗਿਆ ਇਹ ਥਾਂ ਤੇ ਪਰਮਾਤਮਾ ਵਸਦਾ ਹੈ, ਲੱਭਣਾ ਇਹੋ ਜਿਹੇ ਥਾਂ। ਤੇਰਾ ਤੇਰੇ ਥਾਣ ਸੁਹਾਵਾ, ਤੇਰਾ ਰੂਪ ਸੁਹਾਵਾ, ਤੇਰੇ ਭਗਤ ਸੋਹੇ ਦਰਬਾਰ, ਜਿੱਥੇ ਵਸਦੇ ਨੇ ਰੱਬ ਦੇ ਪਿਆਰੇ। ਬਾਬਾ ਮਾਨ ਨਾਮ ਸਿੰਘ ਦਾ ਸੇਵਕ ਕਿਤੇ ਕੰਮ ਜਾ ਰਿਹਾ ਸੀ, ਤੁਰਿਆ ਜਾ ਰਿਹਾ ਸੀ, ਪੈਦਲ ਲੋਕ ਤੁਰਦੇ ਸੀ, ਰਸਤੇ ਚ ਆ ਗਿਆ ਮਸਤੂ ਆਣਾ, ਤੇ ਉੱਥੇ ਸਨ ਬਾਬਾ ਅਤਰ ਸਿੰਘ ਜੀ ਮਸਤੂ ਆਣਿਆ,
ते बाबा जी धारना लाई हुई संगत बैठी हुई प्रेमी बाबे महर नाम सिंह ते जो उथे रुक गया भी संतां दे सड़क दे उते जदों बाबा तर सिंह जी दा आ बोल सुनिया ना तां उंदे अंदर ही वास जिथे वसदे ने रब दे प्यारे पागां वाली ओ धरती पड़ोई जिथे वसदे ने भगत प्यारे सोई धरती पागां जिथे वसदे ने रब दे प्यारे पागां वाली ओ धरती ओ बे जिथे वसदे ने भगत प्यारे पागां वाली ओ धरती जिथे वसदे ने रब दे प्यारे वाली जिथे वसदे ने संत प्यारे पागां वाली ओ धरती जिथे वसदे ने भगत प्यारे पागां वाली सोई धरती जिथे वसदे ने रब प्यारे पागां वाली सोई जिस धरती ते मिलन जो साधु चर्चा रब बनाई करे आकाश उसनू सजदा आकाश भी झुक जाता हरदम शीश चुका ऐसे महापुरख मिलो संतन के संग मोए आधार लियो रब्बा मैं संतां दी संगत विच आ गया हुण मैनूं तार उस गुरमुख दे हिरदे विच बाबा जी नूं फिर उन्हें जाके धारना सुनाई जी बाबा अतर सिंह जी आ धारना लाई सी मोड़ना कुल रहा बाबा जी ने कहा दरगाई संत ने महापुरख नानक कोटन में को नारायण जह चीत जग मैं उदम काढ़िए विरले के ही के सच्ची वैसकती ना संग जिन संग जपिए नाउ उन्हां दी सच्ची संगत ए पहना सच्चा है जिन्हां नाल नाम जपिया गया तिन संग संग ना कीचे ही नानक जिन्हां अपना सुआओ जेड़े मतलबी लोग है उन्हां दी संगत च ना बैठी ए लब एहो जी जे संगत लब दी जे लब जाए ते समझी हीरे लाल लब मोहम्मद साहब धरती दे आए कदी ऐस पासे जा समाधि लाउंदे ने कदी इधर लाउंदे कदी इधर जिवें बाबा नानक जी जंगल विच चले गए उथे समाधि ला ली करतारपुर रहिंदिआं नेड़े जंगल च चले जांदे आ ते बूढ़ा जी मझां चारदे सी उन्हां कहा वी आ बड़े साधु ने बड़े महापुरख ने बड़ी समाधि सारा दिन लाई रही जुड़े होंदे संत गुलाब सिंह जी घोलिए वाले घोड़ी ते चढ़ के जा रहे आपदे इलाके
ਇਧਰ ਟੁੱਟੀ ਗਿਆ ਵਾਲੇ ਪਾਸੇ ਕਿਤੇ ਪੜਾ ਕਰਦੇ ਸੀ, ਲੋਕਾਂ ਨੂੰ ਦਵਾਈ ਬੂਟੀ ਦਿੰਦੇ ਸੀ, ਰਹਿੰਦੇ ਸੱਚੇ ਸੀ। ਇਹ ਬੜੀ ਉੱਚੀ ਅਵਸਥਾ ਹੈ ਵੀ ਤੁਸੀਂ ਸੱਚ ਤੇ ਜੀਵਨ ਰੱਖਣਾ। ਇਹ ਵੀ ਇੱਕ ਰੱਬ ਦਾ ਰਸਤਾ ਹੈ ਕਿ ਤੁਸੀਂ ਗੰਦਾ ਜੀਵਨ ਨਹੀਂ, ਭਾਵੇਂ ਕਰੋ ਗ੍ਰਸਤ, ਭਾਵੇਂ ਰਹੋ ਸਾਧੂ ਮਾਰਗ ਚ, ਭਾਵੇਂ ਕਿਸੇ ਦੀ ਨੌਕਰੀ ਚਾਕਰੀ ਕਰੋ, ਸੱਚੇ ਹੋ ਰੱਬ ਨਾਲ ਸੁਰਤਾਂ ਜੋੜ ਕੇ ਵੀ ਅਸੀਂ ਮਾੜਾ ਨਹੀਂ ਕਰਨਾ, ਦੁੱਖ ਨਹੀਂ ਦੇਣਾ, ਬੁਰਾ ਨਹੀਂ ਕਰਨਾ, ਰੱਬ ਰੱਬ ਕਰਨਾ ਹੈ, ਵਾਹਿਗੁਰੂ ਨੂੰ ਚੇਤੇ ਕਰਨਾ ਹੈ। ਬੜੀ ਉੱਚੀ ਅਵਸਥਾ, ਬੜੀ ਉੱਚੀ, ਇੱਥੇ ਕੋਈ ਵਿਰਲਾ ਪਹੁੰਚਦਾ ਹੈ। ਫਿਰ ਸਾਰੀ ਜੀਵਨ ਦੀ ਯਾਤਰਾ ਰੱਬ ਦੇ ਨਾਲ ਕਰਦਾ ਜਿਹੜਾ ਸੱਚਾ ਰਹਿੰਦਾ ਹੈ, ਝੂਠ ਨਹੀਂ, ਸੱਚ ਤੇ ਹੀ ਤੁਰਨਾ ਹੈ, ਸੱਚ ਤੇ ਹੀ ਚੱਲਣਾ, ਸੱਚ ਖਾਣਾ, ਸੱਚ ਬੋਲਣਾ, ਸੱਚ ਪਹਿਨਣਾ, ਕਿਤੇ ਲੋਭ ਲਾਲਚ ਨਹੀਂ ਜਾਣਾ, ਕਿਤੇ ਮਾੜੇ ਪਾਸੇ ਨਹੀਂ ਪੈਰ ਰੱਖਣਾ, ਮੰਦਾ ਨਹੀਂ ਵੇਖਣਾ, ਮੰਦੇ ਪੈਰ ਨਾ ਰੱਖੀ ਉਹਨੂੰ ਕਰ ਸੋਕੇ ਤਾਂ ਧਰਮ ਕਮਾਇਆ। ਮਹਾਂਪੁਰਸ਼ ਦਵਾਈਆਂ ਬੂਟੀਆਂ ਦਿੰਦੇ ਸੀ, ਸੱਚ ਤੇ ਰਹਿੰਦੇ ਸੀ ਵੀ ਲੋਕਾਂ ਦਾ ਭਲਾ ਕਰਨਾ, ਬੋਲ ਪਾਈ ਵਾਹਿਗੁਰੂ, ਆ ਖਾਲੀ ਪੁੜੀ ਪਾਈ ਠੀਕ ਹੋਈ, ਦਵਾਈਆਂ ਦੀ ਸੋਝੀ ਸੀ, ਘਰ ਦੇ ਲਾਲਚ ਨਹੀਂ ਸੀ ਵੀ ਮੈਂ ਪੈਸੇ ਇਕੱਠੇ ਕਰਨਾ, ਮਾਇਆ ਇਕੱਠੀ ਕਰਨਾ, ਲਾਲਚ ਸੀ ਮੈਂ ਲੋਕਾਂ ਦਾ ਭਲਾ ਕਰਾਂ। ਲਾਲਚ ਛੱਡ ਕੇ ਤੁਰੋ, ਇਹ ਬਾਬਾ ਜੀ ਸਾਡੇ ਮਹਾਂਪੁਰਖ ਸਿਖਾਉਂਦੇ ਸੀ। ਡੇਰੇ ਬਣਾਓ, ਸਕੂਲ ਬਣਾਓ, ਲੰਗਰ ਲਾਓ, ਲਾਲਚੀ ਹੋ ਕੇ ਨਾ ਲਾਇਓ, ਦੀਵਾਨ ਲਾਓ, ਐਡੀ ਪਿਆਰੀ ਸਿੱਖਿਆ ਦੇ ਗਏ, ਸਾਡਾ ਜੀਵਨ ਸੁਧਾਰ ਗਏ। ਰਾਏ ਪਾਏ ਅੱਜ ਉੱਥੋਂ ਤੁਰਦੇ ਹਾਂ, ਦੋ ਤਿੰਨ ਗੱਡੀਆਂ ਲੈ ਕੇ ਤੇਲ ਲੱਗਣਾ ਹੈ, ਦੋ ਚਾਰ ਪੰਜ ਹਜ਼ਾਰ ਦਾ ਗੱਡੀਆਂ ਦੀਆਂ ਟੀਵੀ ਚੈਨਲ ਵਾਲੇ ਦੋ ਚਾਰ ਪੰਜ ਹਜ਼ਾਰ ਇਹਨਾਂ 'ਤੇ ਖਰਚਾ ਹੋਣਾ, ਅਤੇ ਇੱਥੋਂ ਆ ਕੇ ਦਰਸ਼ਨ ਕਰਕੇ ਸਾਧ ਸੰਗਤ 'ਤੇ ਰਾਤ ਜਾਗਣਾ ਪੈਣਾ, ਵਾਪਸ ਜਾਣਾ, ਦਿਨੇ ਵੀ ਕੋਈ ਸੇਵਾ ਹੁੰਦੀ। ਪਰ ਗੁਰੂ ਸਾਹਿਬ ਬਾਬਾ ਸਾਡੇ ਮਹਾਂਪੁਰਖ ਹੀ ਐਸੇ ਮਿਲ ਗਏ, ਇੱਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ, ਉਹ ਤਾਰ ਕੇ ਸਨ ਕਿ ਇੱਕ ਰੁਪਈਏ ਦਾ ਵੀ ਲਾਲਚ ਨਹੀਂ, ਕਿ ਅਸੀਂ ਘਰੋਂ ਚੱਲੇ ਹਾਂ, ਸਤਸੰਗਤ ਕਰਨ ਚੱਲੇ ਹਾਂ, ਉੱਥੇ ਕੋਈ ਮਾਇਆ ਮਿਲੇਗੀ, ਉੱਥੇ ਪੈਸੇ ਮਿਲਣਗੇ, ਉੱਥੇ ਮਾਣ ਵਡਿਆਈਆਂ ਮਿਲਣਗੀਆਂ, ਉੱਥੇ ਆਹ ਹੋਏਗਾ, ਖਾਣ ਦਾ ਵੀ ਲਾਲਚ ਨਾ ਕਰ ਕਿ ਮੈਂ ਜਾ ਕੇ ਉੱਥੇ ਆਹ ਕੁਝ ਖਾਵਾਂ। ਸੰਗਤ ਆ ਗਈ ਬਾਬਾ ਜੀ ਕੋਲ, ਅੰਮ੍ਰਿਤਸਰ ਦੀ ਫੁਰਨਾ ਬਣਾ ਲਿਆ ਸਾਨੂੰ, ਪੂੜੀਆਂ ਛੋਲੇ ਖੋਣ ਬਾਬਾ ਨਾਨਕ ਸਿੰਘ, ਬਾਬਾ ਜੀ ਨੇ ਖਵਾ ਤੇ ਆਉਂਦਿਆਂ ਪਹਿਲੋਂ ਹੀ ਤਿਆਰ ਰਖਾਏ ਹੋਏ ਸੀ। ਸੰਗਤ ਕਹਿੰਦੀ ਜੀ ਨਾਮਦਾਨ ਬਖਸ਼ੋ, ਬਾਬਾ ਜੀ ਕਹਿੰਦੇ ਨਾ ਬਾਈ, ਪੂੜੀਆਂ ਛੋਲਿਆਂ ਦਾ ਵਾਅਦਾ ਹੋਇਆ ਸੀ ਉਹ ਸਿਖਾ ਤੇ, ਜੇ ਤੁਸੀਂ ਨਾਮਦਾਨ ਮੰਗਣ ਵਾਸਤੇ ਅਵਲਾਖੀ ਆਉਂਦੇ ਕਿ ਸੰਤਾਂ ਕੋਲ ਚੱਲੇ ਹਾਂ, ਨਾਮਦਾਨ ਮਿਲੇ, ਗੁਰਸਿੱਖੀ ਦਾਨ ਮਿਲੇ, ਤੇ ਭਾਈ ਫਿਰ ਅਸੀਂ ਉਹ ਤਿਆਰ ਰੱਖਦੇ ਹਾਂ ਖੁਸ਼ੀ। ਤੁਸੀਂ ਕਿਹਾ ਵੀ ਪੂੜੀਆਂ ਛੋਲੇ ਬਾਬੇ ਛਕਾਉਣ ਤੇ ਫਿਰ ਮੰਨਾਂਗੇ ਪੂਰੇ ਨੇ, ਤੇ ਭਾਈ ਸਸਤੇ ਵਿੱਚ ਸਾਡਾ ਸਰ ਗਿਆ। ਮਹਾਂਪੁਰਖਾਂ ਦੇ ਕੋਲ ਸਾਡੇ ਗੁਰੂ ਮਹਾਂਪੁਰਖ ਸ਼ਕਤੀ ਆ ਜਿਨ੍ਹਾਂ ਨੇ ਸਿੱਖਿਆ ਦਿੱਤੀ। ਕੋਈ ਮਰਜ਼ੀ ਬਣਾਓ ਭਾਈ, ਲਾਲਚ ਨਾ ਕਰਿਓ, ਹੋਰ ਨਾ ਇੱਛਾ ਧਾਰਿਓ। ਬਾਬਾ ਜੀ ਗੁਲਾਬ ਸਿੰਘ ਜੀ ਦਵਾਈਆਂ ਦੇਣ ਵਾਸਤੇ
ਪਰਪਕਾਰ ਵਾਸਤੇ ਪਤਾ ਲੱਗਿਆ ਇੱਥੇ ਬਾਬਾ ਆਨੰਦ ਸਿੰਘ ਜੀ ਬੈਠੇ ਹੋਏ ਨੇ, ਤਪ ਕਰ ਰਹੇ ਨੇ। ਘੋੜੀ ਖਿਲਾਰ ਕੇ ਨਾ ਬਣ ਕੇ ਦਰਖਤ ਨਾਲ ਤੇ ਬਾਬਾ ਆਨੰਦ ਸਿੰਘ ਜੀ ਨੂੰ ਟਿੱਬਿਆਂ ਵਿੱਚ ਤੁਰ ਪਏ। ਅੱਗੇ ਬੇਬਾਣ ਰੋਹੀ ਦੇ ਵਿੱਚ ਟਿੱਬਿਆਂ ਚ ਬਾਬਾ ਆਨੰਦ ਵੱਖਰੀ ਨਿਆਰੀ ਕੁਦਰਤ ਵੇਖ ਕੇ ਤੇ ਬਲਹਾਰੇ ਜਾ ਜੁੜੇ ਹੋਏ ਸੀ ਚਰਨਾਂ ਨਾਲ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਬਾਬਾ ਜੀ ਕੋਲ ਜਾ ਕੇ ਉੱਥੇ ਦਰਖਤ ਨਾਲ ਘੋੜੀ ਬਣ ਕੇ ਤੇ ਘੋੜੀ ਤੋਂ ਉਤਰ ਪਏ, ਮੱਥਾ ਟੇਕਿਆ। ਜਾਣੀ ਮਹਾਂਪੁਰਖ ਵੀ ਜਾਣਦੇ ਸੀ ਜਾਂ ਹਿਲਜੁਲ ਹੋਈ। ਮਹਾਂਪੁਰਖਾਂ ਨੇ ਅੱਖ ਪੱਟੀ ਵੇਖਿਆ ਕੌਣ ਆਖੋ ਸ੍ਰੀ ਵਾਹਿ ਤੇ ਬਾਬਾ ਗੁਲਾਬ ਸਿੰਘ ਜੀ। ਬਾਬਾ ਜੀ ਦਾ ਉਹ ਨਰਾਨੀ ਚਿਹਰਾ ਇੱਕ ਰਸ ਸ਼ਾਂਤ ਜੁੜਿਆ ਹੋਇਆ ਵੇਖ ਕੇ ਸੰਤ ਗੁਲਾਬ ਸਿੰਘ ਜੀ ਆਸ਼ਕੀ ਹੋ ਗਏ। ਜਿਵੇਂ ਸੋਹਣੇ ਰੂਪ ਦੇਖ ਕੇ ਔਰਤਾਂ ਸੋਹਣੇ ਰੂਪ ਦੇਖ ਕੇ ਮਰਦ ਮੋਹਿਤ ਹੋ ਜਾਂਦੇ ਆ, ਅੱਜ ਸੋਹਣੇ ਬੰਦਗੀ ਵਾਲੇ ਮਹਾਂਪੁਰਖ ਵੇਖ ਕੇ ਰੱਬ ਦੇ ਪਿਆਰੇ ਸੰਤ ਸੰਤ ਤੇ ਮੋਹਿਤ ਹੋ ਗਏ। ਫਿਰ ਉਸ ਦਿਨ ਤੋਂ ਬਾਅਦ ਗੰਢਾ ਪੈ ਗਿਆ। ਦੇਖ ਲਿਆ ਦੀਦਾਰ ਪਵਿੱਤਰ ਜਿਸਨੇ ਇਹ ਸਤਿਗੁਰ ਦਾ ਜੀਵਨ ਮੁਕਤ ਮਿਲੀ ਤਿਸ ਤਾਈ ਫਿਰ ਨਾ ਹੋਇਆ। ਜਦੋਂ ਦੇਖ ਲਿਆ ਦਰਸ਼ਨ ਕਰ ਲਿਆ, ਦੇਖ ਲਿਆ ਦੀਦਾਰ ਪਵਿੱਤਰ ਜਿਸਨੇ ਇਹ ਸਤਿਗੁਰ ਦਾ, ਕਹਿੰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਆ ਕੀ ਆਖਿਆ ਤੇਰੇ ਤੇ ਮੈਂ ਇੰਨਾ, ਮੇਰਾ ਮਨ ਤੇਰੇ ਚਰਨਾਂ ਨਾਲ ਜੁੜ ਗਿਆ ਹੈ ਕਿ ਮੈਨੂੰ ਆਪਣਾ ਭੋਲੀ ਬਾਜਾ ਤੈਨੂੰ ਦੇਖ ਕੇ ਤੇਰੀ ਸੰਗਤ ਕਰਕੇ ਮੈਂ ਆਪਦਾ ਭੋਲੀ ਗਿਆ ਕਿ ਮੇਰੇ ਪੈਰ ਸਿਰ ਦੀ ਖਬਰ ਹੀ ਮੈਨੂੰ ਨਹੀਂ, ਤੇਰੀ ਮੁਹੱਬਤ ਹੀ ਇਹ ਹੋਈ ਹੈ ਚੱਲਿਆ ਕਰਕੇ ਰੱਖਦਾ। ਮੰਜ ਮੁਹੱਬਤ ਤੇਰੀ, ਤੇਰੀ ਮੁਹੱਬਤ ਹੀ ਐਸੀ ਦਾਨਾ ਬਿਨਾ ਸਾਈ ਮੈਂਡਾ ਨਾਲ ਸਾਰ ਨਾਲ ਜਾਣਾ ਤੇਰੀ। ਤੇਰੀ ਮੁਹੱਬਤ ਹੀ ਇਹੋ ਜਿਹੀ ਹੈ ਸਿਰ ਪੈਰਾਂ ਦੀ ਖਬਰ ਨਾ ਕੋਈ, ਵਿੱਚ ਮੁਹੱਬਤ ਤੇਰੀ ਮੈਂ ਕੀ ਆਖਾਂ ਕੀ ਆਖ ਸੁਣਾਵਾਂ, ਤੂੰ ਤਾਂ ਹੋਸ਼ ਗੁਆਈ ਮੇਰੀ। ਪੜ ਲੜ ਸਿਰ ਪੈਰਾਂ ਦੀ ਖਬਰ ਨਾ ਕੋਈ, ਵਿੱਚ ਮੁਹੱਬਤ ਤੇਰੀ ਕੀ ਆਖਾਂ ਕੀ ਆਖ ਸੁਣਾਵਾਂ ਮੈਂ ਹੋਸ਼ ਗਵਾਈ ਮੇਰੀ। ਸਿਰ ਪੈਰਾਂ ਦੀ ਖਬਰ ਨਾ ਕੋਈ, ਵਿੱਚ ਮੁਹੱਬਤ ਤੇਰੀ ਵਿੱਚ
ਸੁਣਾਵਾ ਤੂੰ ਹੋਸ਼ ਗੁਆਈ ਮੇਰੀ ਸ਼ਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਤੇਰੀ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਤੇਰੀ ਕੀ ਆਖਾ ਕੀ ਆਖ ਸੁਣਾਵਾ ਖੁਦਾ ਕਰ ਗੱਜ ਗਿਆ ਆਈ ਮੇਰੀ ਕੀ ਆਖਾਂ ਕੀ ਆਖ ਸੁਣਾਵਾਂ ਬੇਹੋਸ਼ ਗੁਆਈ ਮੇਰੀ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਤੇਰੀ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਖੁਸ਼ ਗੁਆਈ ਮੇਰੀ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਤੇਰੀ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਸਮਾਧੀਆਂ ਲਾਉਂਦੇ ਨੇ ਆਪਦੇ ਪਿਆਰਿਆਂ ਨੂੰ ਲੱਭਦੇ ਦੁਨੀਆਂ ਦੇ ਲੋਕ ਧਨ ਜਿੱਥੇ ਮਿਲਦਾ ਹੋਵੇ ਉੱਧਰ ਨੂੰ ਭਜਦੇ ਆ ਇੱਧਰੋਂ ਮਿਲੇਗਾ ਅੱਜ ਇੱਧਰੋਂ ਮਿਲੇਗਾ ਫੇਰੀ ਵਾਲਾ ਵੇਖਦਾ ਮੇਰਾ ਅੱਜ ਫੇਰੀ ਚ ਲਾਭ ਇੱਧਰ ਹੋਏਗਾ ਉੱਧਰ ਲੀੜਾ ਕੱਪੜਾ ਭਾਂਡੇ ਦੇ ਹੋਕੇ ਦਿੰਦਾ ਸਬਜ਼ੀਆਂ ਤੁਰ ਪੈਂਦਾ ਮਹਾਂਪੁਰਸ਼ ਵੀ ਆਪਦੀ ਵਸਤੂ ਲੱਭਦੇ ਆ ਗੁਰੂ ਨਾਨਕ ਸਾਹਿਬ ਕਰਤਾਰਪੁਰ ਕਦੀ ਇੱਧਰ ਕਦੀ ਇੱਧਰ ਬੈਠਦੇ ਆ ਉੱਥੇ ਬੂੜਿਆ ਵੇਖਿਆ ਮੋਇਆ ਗਿਆ ਦਰਸ਼ਨ ਮੈਂ ਮੱਥਾ ਟੇਕਿਆ ਆਖੋ ਮੱਥਾ ਟੇਕਿਆ ਬਸ ਕੰਮ ਪਾ ਖੁੱਲ ਗਏ ਜੀ ਕੀਤਾ ਮੈਂ ਇਹਨਾਂ ਨੂੰ ਕੋਈ ਸ਼ਿਕਾਵਾਂ ਦੁੱਧ ਲਿਆ ਕੇ ਸ਼ਿਕਾਇਆ ਘਰੇ ਗਿਆ ਫਿਰ ਦਿਲ ਕੀਤਾ ਮੈਂ ਕੋਈ ਘਰੋਂ ਲੈ ਕੇ ਜਾਵਾਂ ਮੱਖਣ ਲੈ ਕੇ ਆ ਗਿਆ ਬਾਬਾ ਜੀ ਦਾ ਕਰਤਾਰਪੁਰ ਨੇੜੇ ਸੀ ਫਿਰ ਜੁੜ ਗਿਆ ਚਰਨਾਂ ਚ ਬੜੇ ਬਹਿ ਕੇ ਬਚਨ ਸੁਣੇ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਇਸਤਰੀਆਂ ਦੀਆਂ ਕਰੇ ਤੇ ਉਹਨਾਂ ਕਿਹਾ ਵੀ ਹੈ ਤਾਂ ਤੂੰ ਮੁੰਡਾ ਸਿਆ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਬਜ਼ੁਰਗਾਂ ਵਾਲੀਆਂ ਸਿਆਣੀਆਂ ਬਸ ਬਾਬੇ ਬੁੱਢੇ ਦਾ ਦਰਜਾ ਮਿਲ ਗਿਆ ਛੋਟੀ ਉਮਰ ਮਾਲ ਚਾਰਨ ਵਾਲੇ ਬਾਬਾ ਨਾਨਕ ਜੀ ਨੂੰ ਕਿੱਥੇ ਮਿਲਿਆ ਸੀ ਆਪਦੀਆਂ ਮੱਝਾਂ ਗਾਵਾਂ ਚਾਰਦੇ ਹੋਏ ਨਾਨਕ ਜੀ ਮਿਲ ਗਏ ਤੇ ਛੇਵੇਂ ਪਾਤਸ਼ਾਹ ਤੱਕ ਮੱਝਾਂ ਗਾਵਾਂ ਨਹੀਂ ਛੱਡੀਆਂ ਚਾਰ ਬਾਬਾ ਬੁੱਢਾ ਜੀ ਦੀ ਬੀੜ ਕਿਉਂ ਬੀੜ ਕਹਿੰਦੇ ਨੇ ਖੁੱਲੀ ਜ਼ਮੀਨ ਜ਼ਮੀਨ ਨੂੰ ਦਰਖਤਾਂ ਦੇ ਝੁੰਡ ਚਰਾਂਦ ਖੁੱਲੀ ਚਰਾਂਦ ਹੋਵੇ ਮੱਝਾਂ ਗਾਵਾਂ ਦੇ ਚਾਰਨ ਇਹ ਬੀੜ ਬਾਬਾ ਜੀ ਦੀ ਸੀ ਕਾਫੀ ਕਿੱਲਿਆਂ ਦੀ ਜ਼ਮੀਨ ਜਿਹੜੀ ਬਾਬਾ ਜੀ ਇੱਥੇ ਮੱਝਾਂ ਗਾਵਾਂ ਚਾਰਦੇ ਸੀ ਇੱਥੋਂ ਦੁੱਧ ਲੈ ਕੇ ਅੰਮ੍ਰਿਤਸਰ ਜਾਂਦੇ ਛੇਵੇਂ ਪਾਤਸ਼ਾਹ ਵੇਲੇ ਪੰਜਵਿਆਂ ਵੇਲੇ ਤੇ ਜਦੋਂ ਪੰਜਵੇਂ ਪਾਤਸ਼ਾਹ ਨੇ ਗੰਗਾ ਜੀ ਨੂੰ ਭੇਜਿਆ ਸੀ ਉਦੋਂ ਇੱਥੇ ਬੀੜ ਵਿੱਚ ਹੀ ਆਏ ਗੰਗਾ ਜੀ ਚੱਲ ਕੇ ਮੱਝਾਂ ਗਾਵਾਂ ਸੰਭਾਲਦੇ ਸੀ ਕਿ ਇਹ ਧਨ ਨੇ ਮੱਝਾਂ ਗਾਵਾਂ ਜਿਹਨਾਂ ਮੈਨੂੰ ਨਾਨਕ ਮਿਲਾਇਆ ਸੀ ਆਖੋ ਸੀ ਮੈਂ ਕਿਉਂ ਇਹਨਾਂ ਨੂੰ ਚਾਰਦਿਆਂ ਚਾਰਦਿਆਂ ਮੈਨੂੰ ਨਾਨਕ ਮਿਲਿਆ ਮੈਂ ਛੱਡਣੀਆਂ ਨਹੀਂ ਅਖੀਰ ਤੱਕ ਚਾਰਦੇ ਰਹੇ ਮੱਝਾਂ ਗਾਵਾਂ ਚੋਂਦੇ ਰਹੇ ਦੁੱਧ ਕੱਢਦੇ ਰਹੇ ਉਸ ਦੁੱਧ ਨੂੰ ਵੇਖ ਕੇ ਕਹਿੰਦੇ ਸੀ ਕਿਸੇ ਦਿਨ ਬਾਬੇ ਨਾਨਕ ਨੂੰ ਇਹ ਦੁੱਧ ਪਿਆਇਆ ਸੀ ਤੇ ਗੰਢ ਪਈ ਸੀ ਆਖੋ ਸੀ
ਦੁੱਧ ਕੱਢ ਕੇ ਲੈ ਕੇ ਜਾਂਦੇ ਸੀ ਸਾਰਾ ਅੰਮ੍ਰਿਤਸਰ। ਬਿਰਧ ਸਰੀਰ ਸੀ, ਸਿਰ ਤੇ ਡੋਣੇ ਰੱਖੇ ਹੁੰਦੇ ਸੀ, ਨਾਲ ਸੇਵਾਦਾਰ ਹੁੰਦੇ ਸੀ ਉਹਨਾਂ ਵੀ, ਤੇ ਸੰਗਤਾਂ ਛਕਦੀਆਂ ਸੀ ਦੁੱਧ, ਤੇ ਇੱਕ ਇੱਕ ਸੰਗਤ ਨੂੰ ਕਹਿੰਦੇ ਸੀ ਗੁਰੂ ਨਾਨਕ ਪੀ ਰਿਹਾ ਹੈ, ਆਖੋ ਸੀ ਇਹ ਦੁੱਧ ਗੁਰੂ ਨਾਨਕ ਪੀ ਰਿਹਾ ਹੈ। ਸੰਗਤਾਂ ਚ ਇੰਨੇ ਰੂਪ ਨੇ ਗੁਰੂ ਨਾਨਕ ਦੇ, ਸੇਵਾ ਹੋਵੇ, ਭਾਵਨਾ ਹੋਵੇ, ਪਿਆਰ ਦੀ ਸੇਵਾ। ਸੇਵਾਦਾਰ ਬਣ ਕੇ ਬਸ ਸੇਵਾ ਦੇ ਵਿੱਚ ਹੀ ਜਿਹੜੀਆਂ ਨਦੀਆਂ ਸਮੁੰਦਰ ਨੂੰ ਮਿਲ ਪੈਂਦੀਆਂ ਨੇ, ਘੁਲ ਮਿਲ ਜਾਂਦੀਆਂ, ਸਮੁੰਦਰ ਹੀ ਬਣ ਜਾਂਦੀਆਂ। ਜਿਹੜੇ ਸਿੱਖ ਗੁਰਾਂ ਨੂੰ ਮਿਲ ਜਾਂਦੇ ਆ, ਬਸ ਫਿਰ ਗੁਰਮੁਖ ਨਦੀਆਂ ਚੀਰਦੇ ਆਉਂਦੇ ਮਿਲਣ ਪਿਆਰੇ। ਗੁਰਮੁਖ ਨਦੀਆਂ ਚੀਰ ਦੇ ਗੁਰਮੁਖ ਨਦੀਆਂ ਚੀਰ ਦੇ ਮਿਲਣ ਪਿਆਰੇ ਨੂੰ, ਗੁਰਮੁਖ ਨਦੀਆਂ ਚੀਰ ਦੇ ਮਿਲਣ ਪਿਆਰੇ ਨੂੰ, ਗੁਰਮੁਖ ਨਦੀਆਂ ਚੀਰ ਦੇ ਮਿਲਣ ਪਿਆਰੇ ਚੀਰ ਦੇ ਆਉਂਦੇ ਮਿਲਣ ਪਿਆਰੇ ਨੂੰ, ਗੁਰਮੁਖ ਨਦੀਆਂ ਚੀਰ ਦੇ ਆਉਂਦੇ ਮਿਲਣ ਪਿਆਰੇ ਨੂੰ, ਨਦੀਆਂ ਚੀਰ ਦੇ ਆਉਂਦੇ ਮਿਲਣ ਪਿਆਰੇ ਨੂੰ, ਗੁਰਮੁਖ ਨਦੀਆਂ ਚੀਰ ਦੇ ਆਉਂਦੇ ਮਿਲਣ ਪਿਆਰੇ ਨੂੰ, ਨਦੀਆਂ ਸੈਰ ਕਰਨ ਵਾਸਤੇ ਕਦੀ ਇੱਧਰ ਨੂੰ ਜਾਂਦੇ ਆ, ਕਦੇ ਇੱਧਰ ਨੂੰ, ਕਦੇ ਇੱਧਰ, ਕਦੇ ਇੱਧਰ। ਦੋ ਜ਼ਿਮੀਦਾਰਾਂ ਦੇ ਮੁੰਡੇ ਖਰਬੂਜੇ ਲਾ ਕੇ ਬੈਠੇ ਹੋਏ ਨੇ ਵਾੜੇ ਚ, ਪਾਣੀ ਪੂਣੀ ਗੋਡੀ ਗਾਡੀ ਪਾਉਂਦੇ, ਖਰਬੂਜਿਆਂ ਦੀ ਰਾਖੀ ਕਰਦੇ ਆ, ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਰੱਬ ਦੇ ਪਿਆਰੇ ਲੰਘੇ। ਇਹ ਦੋਨੋਂ ਮੁੰਡੇ ਆਣ ਬਾਬਾ ਆਨੰਦ ਸਿੰਘ ਜੀ ਨੂੰ ਮੱਥਾ ਟੇਕਿਆ, ਬਈ ਕੀ ਕਰਦੇ ਹੋ? ਬਾਬਾ ਜੀ ਖਰਬੂਜੇ ਲਾਏ, ਖਰਬੂਜੇ ਲਾਏ। ਅੱਛਾ, ਸਾਨੂੰ ਵੀ ਖਵਾਓ? ਬਾਬਾ ਜੀ ਕੱਚੇ ਨੇ ਅਜੇ, ਖੜੀਆਂ ਛੋਟੇ ਛੋਟੇ ਨੇ, ਕੱਚੇ ਨੇ। ਜਦੋਂ ਪੱਕਣਗੇ ਫਿਰ ਬਾਬਾ ਜੀ ਕਹਿੰਦੇ ਲਿਆਓਗੇ ਸਾਡੇ ਵਾਸਤੇ? ਹਾਂ ਬਾਬਾ ਜੀ। ਕਹਿੰਦੇ ਅਸੀਂ ਤਾਂ ਥੋੜ੍ਹੇ ਦੇਰ ਰਹਿਣਾ, ਚਲੇ ਜਾਣਾ ਫਿਰਨਾ, ਜਿੱਥੇ ਬਾਬਾ ਜੀ ਤੁਸੀਂ ਹੋਵੋਗੇ ਨਾ, ਅਸੀਂ ਉੱਥੇ ਹੀ ਖਰਬੂਜੇ ਜਦੋਂ ਪੱਕੇ ਨਾ
ਤੇ ਪਹਿਲੇ ਪੱਕੇ ਪੱਕੇ ਖਰਬੂਜੇ ਬਾਬਾ ਜੀ ਅਸੀਂ ਤੁਹਾਡੇ ਕੋਲ ਜਿੱਥੇ ਵੀ ਹੋਵੋਗੇ ਉੱਥੇ ਲੈ ਕੇ ਆਵਾਂਗੇ। ਆਖੋ ਬਸ ਫਿਰ ਬਣ ਗਈ ਗੱਲ, ਪਹਿਲੀ ਪਹਿਲੀ ਮੁਲਾਕਾਤ, ਪਹਿਲਾ ਪਹਿਲਾ ਪਿਆਰ ਕਿਤੇ ਭੁੱਲਦਾ ਜ਼ਿੰਦਗੀ ਭਰ। ਅੱਜ ਬਾਬਾ ਆਨੰਦ ਸਿੰਘ ਦੀ ਪਹਿਲੀ ਮੁਲਾਕਾਤ, ਖਰਬੂਜੇ ਜਦੋਂ ਪੱਕੇ ਦੇ ਸਾਈਕਲ ਤੇ ਲੱਦ ਕੇ ਤੁਰ ਪਏ, ਕਹਿੰਦਾ ਮੇਰੀ ਰਿਸ਼ਤੇਦਾਰੀ ਇੱਥੇ ਨਹੀਂ ਬਈ। ਬਾਬਾ ਇਹ ਭਾਈ ਇੰਦਰ ਸਿੰਘ ਨਾਂ ਸੀ, ਈਸ਼ਰ ਸਿੰਘ ਬਾਬਾ ਜੀ ਭਾਈ ਇੰਦਰ ਸਿੰਘ ਕਹਿੰਦਾ ਉਹਨੂੰ ਬਈ ਆਪਾਂ ਬਾਬਾ ਜੀ ਕੋਲ ਚੱਲੇ, ਆਪਾਂ ਕਿਸੇ ਦੇ ਘਰ ਰੁਕਣਾ ਨਹੀਂ, ਸੰਤਾਂ ਕੋਲ ਜਾਈਏ, ਉਦੋਂ ਫਿਰ ਸਿੱਧੇ ਹੀ ਜਾਈਏ, ਸਿੱਧੇ ਹੀ ਘਰਾਂ ਨੂੰ ਆਈਏ, ਫਿਰ ਕਿਸੇ ਥਾਂ ਤੇ ਨਹੀਂ ਜਾਈਏ। ਜਿਹੜੀ ਬਖਸ਼ਿਸ਼ ਹੋਈ ਹੈ, ਜਿਹੜੀ ਧੂੜ ਮਿਲੀ, ਆਪਦੇ ਘਰ ਚ ਜਾਵੇ ਤੇ ਜਦੋਂ ਘਰੋਂ ਕਦਮ ਧਰੀਏ, ਸਾਧੂ ਕੋ ਮਿਲਣੇ ਜਾਈਏ, ਫਿਰ ਇੱਧਰ ਸੱਜੇ ਖੱਬੇ ਨਾ ਜਾਈਏ, ਸਾਥ ਨਾ ਲੀਜੇ ਕੋਏ, ਪਾਸੇ ਪਾਉਣ ਪਿਛਾ ਵੀ ਨਾ ਮੁੜੀਏ, ਫਿਰ ਤਾਂ ਕਹਿੰਦੇ ਤੁਰੇ ਜਾਓ ਅੱਗੇ, ਜੋ ਹੋਏ ਸੋ ਹੋਏ, ਵੀ ਆਪਾਂ ਸਾਧੂਆਂ ਨੂੰ ਮਿਲਣ ਚੱਲੇ ਹਾਂ ਤੇ ਹੁਣ ਆਪਾਂ ਸੱਜੇ ਖੱਬੇ ਨਹੀਂ ਕਿਸੇ ਕੋਲ ਰਹਿਣਾ, ਕਿਸੇ ਕੋਲ ਭੁੱਖੇ ਰਹਿ ਪਾਂਗੇ, ਆਪਾਂ ਕੋਈ ਚਾਹ ਪਾਣੀ ਦਾ ਲਾਲਚ ਨਾ ਕਰੀਏ, ਬਾਬਾ ਜੀ ਦੇ ਕੋਲ ਜਾਵਾਂਗੇ ਸੱਜੇ, ਕਿਉਂਕਿ ਸਾਈਕਲ ਤਾਂ ਖਰਬੂਜਿਆਂ ਨਾਲ ਲੱਦਿਆ ਸੀ, ਇਹ ਦੋਨੋਂ ਨਾਲ ਤੁਰ ਕੇ ਆ ਰਹੇ ਸੀ ਝੋੜਾਂ ਤੋਂ। ਮਾਣੂ ਕੇ ਪਿੰਡ ਆ ਗਿਆ, ਮਾਣੂ ਕਿਆਂ ਤੋਂ ਡੇੜ ਕੇ ਆ ਗਿਆ, ਡੱਲੇ ਵਾਲੀ ਨਹਿਰ ਡੱਲਾ ਪਿੰਡ ਆ ਗਿਆ, ਕੌਂਕੇ ਪਿੰਡ ਆ ਗਿਆ, ਰਿਸ਼ਤੇਦਾਰੀ 'ਚ ਚੱਲੀਏ ਨਹੀਂ, ਸਿੱਧੇ ਬਾਬਾ ਜੀ ਕੋਲ ਆਖੋ ਸੀ ਤੇ ਖਰਬੂਜਿਆਂ ਦਾ ਸਾਈਕਲ ਖਿਲਾਰਤਾ ਤੇ ਕੋਲ ਹੀ ਬਾਬਾ ਨੰਦ ਸਿੰਘ ਆ ਗਿਆ। ਉੱਥੇ ਦੇਖ ਲਿਆ ਉਹੀ ਮੁੰਡੇ ਨੇ, ਬਈ ਬੜਾ ਚੇਤੇ ਰੱਖਿਆ ਜੀ, ਪੱਕ ਗਏ? ਹਾਂ ਬਾਬਾ ਜੀ ਪੱਕ ਗਏ, ਵੀ ਬੜਾ ਚੇਤੇ ਰੱਖਿਆ। ਬਾਬਾ ਜੀ ਫਿਰ ਤੁਹਾਡੇ ਤੁਸੀਂ ਕਿਹਾ ਸੀ ਤੇ ਅਸੀਂ ਕਿਉਂ ਨਾ ਲੈ ਕੇ ਆਉਂਦੇ, ਅਸੀਂ ਖਰਬੂਜਿਆਂ ਦੇ ਪੂਰੀ ਰਾਖੀ ਕੀਤੀ ਤੇ ਇਹਨਾਂ ਨੂੰ ਪਾਲਿਆ ਵੀ ਕੋਈ ਝੂਠੇ ਵੀ ਨਾ ਕਰਜੇ ਖੇਤ ਦੇ ਵਾੜੇ ਦੀ। ਖਰਬੂਜੇ ਕਿਤੇ ਭੋਗ ਨੂੰ ਆਉਣ ਤੋਂ ਮਹਾਂਪੁਰਖਾਂ ਕੋਲ ਲਿਜਾਣ ਤੋਂ ਪਹਿਲਾਂ ਕਿ ਕੋਈ ਖਰਬੂਜਾ ਹੋਰ ਨਾ ਕੋਈ ਖਾਇਆ, ਸੁੱਚੇ ਸੁੱਚੇ ਤੁਹਾਡੇ ਕੋਲ ਖੇਤ ਦੇ ਪਹਿਲੇ ਪਹਿਲੇ ਖਰਬੂਜੇ ਲੈ ਕੇ ਆਇਆ। ਅੱਛਾ ਬਈ ਹੁਣ ਤਾਂ ਅਸੀਂ ਸੈਰ ਕਰ ਆਈਏ ਤੇ ਖਰਬੂਜੇ ਪਾ ਦਿਓ ਤੁਸੀਂ ਸਾਡੀ ਤਲਾਈ 'ਚ, ਇਸ਼ਨਾਨ ਵਾਲੀ 'ਚ। ਐਡੀ ਕੋਈ ਤਲਾਈ ਇਸ ਤੋਂ ਅੱਧੀ ਜੀ ਬਣੀ ਅੰਦਰ ਅੰਦਰ ਉੱਥੇ ਸੱਚਖੰਡ ਦੇ ਕੋਲ, ਉਹ ਤਲਾਈ ਪਾਣੀ ਦੀ ਭਰੀ ਹੁੰਦੀ ਸੀ, ਬਾਬਾ ਜੀ ਉਹਦੇ 'ਚ ਬਹਿ ਕੇ ਨਾਮ ਜਪਦੇ ਸੀ। ਪਾਣੀ ਦੇ ਵਿੱਚ ਗਰਮੀ ਕਈ ਵਾਰੀ ਹੋ ਜਾਂਦੀ, ਨਾਮ ਜਪਣਾ ਨੂੰ ਗਰਮਾਇਸ਼ ਸਰੀਰ 'ਚ ਉਹ ਹੁੰਦੀ ਸੀ, ਬਾਬਾ ਜੀ ਉਹਦੇ ਵਿੱਚ ਬਹਿ ਕੇ ਗਰਮਾਇਸ਼ ਸਰੀਰ ਦੀ ਕੱਢ ਲੈਂਦੇ ਸੀ। ਖੁਸ਼ਕੀ ਹੁੰਦੀ ਸੀ, ਮੱਖਣ ਰੱਖ ਕੇ ਕੱਢ ਲੈਂਦੇ ਸੀ, ਗਰਮੀ ਹੁੰਦੀ ਸੀ ਪਾਣੀ 'ਚ ਬਹਿ ਜਾਂਦੇ ਸੀ। ਕਰਨਾ ਆਪਦੇ ਗੁਰੂ ਨੂੰ ਪਿਆਰੇ ਨੂੰ ਯਾਦ, ਉਹ ਜਲ ਵਿੱਚ ਕਹਿੰਦੇ ਖਰਬੂਜੇ, ਕਹਿੰਦੇ ਜਲ ਭਰਿਆ ਹੋਣੀ ਸਾਫ, ਸੇਵਕਾਂ ਬਦਲ ਦਿੰਦੇ ਸੀ ਰੋਜ਼ ਦੀ ਰੋਜ਼ ਜਲ, ਤੇ ਕਹਿੰਦੇ ਉਹਦੇ ਵਿੱਚ ਪਾ ਦਿਓ ਸਾਰੇ ਖਰਬੂਜੇ, ਅਸੀਂ ਸੈਰ ਕਰ ਆਈਏ ਤੇ ਠੰਡੇ ਹੋ ਜਾਣਗੇ ਤੇ ਪਹਿਲੋਂ ਆਪਾਂ ਗੁਰੂ ਸਾਹਿਬ ਨੂੰ ਭੋਗ ਲਵਾਵਾਂਗੇ। ਆਖੋ ਸੀ ਉਹ ਖਰਬੂਜੇ ਹੋ ਗਏ ਠੰਡੇ, ਇਹ ਕੋਲ ਖੜੇ ਰਹੇ ਹੱਥ ਜੋੜ ਕੇ, ਕੋਈ ਜਲ ਪਾਣੀ ਛਕਿਆ ਹੱਥ ਜੋੜ ਕੇ ਖੜੇ ਰਹੇ, ਬਾਬਾ ਜੀ ਆ ਗਏ, ਖਰਬੂਜੇ ਕਢਾਏ, ਬਾਬਾ ਜੀ ਨੇ ਫਿਰ ਆਪ ਖਰਬੂਜੇ ਚੀਰੇ, ਚੀਰ ਕੇ ਥਾਲ ਵਿੱਚ ਸਾਰੇ ਛਿਲਕੇ ਦੇ ਉੱਤੇ ਫਾੜੀ ਸਜਾ ਸਜਾ ਕੇ ਰੱਖ ਦੀ, ਛਿਲਕੇ ਤੋਂ ਫਾੜੀ ਕੱਢ ਕੇ ਨਾ ਤੇ ਛਿਲਕਿਆਂ ਦੇ ਉੱਤੇ ਫਾੜੀਆਂ ਰੱਖ ਦੀਆਂ, ਖਰਬੂਜੇ ਥਾਲ 'ਚ ਰੱਖ ਕੇ, ਜਲ ਰੱਖ ਕੇ ਗੁਰੂ ਸਾਹਿਬ ਦੇ ਹੱਥ ਧੋਣ ਵਾਸਤੇ, ਤੇ ਖਰਬੂਜੇ ਰੱਖ ਕੇ ਉੱਤੇ ਤੌੜੀਆ ਪਾ ਕੇ ਬਾਬਾ ਆਨੰਦ ਸਿੰਘ ਜੀ ਨਾਲ ਹੀ ਸੱਚਖੰਡ ਜੀ ਸੱਚਖੰਡ ਵਿੱਚ ਲੈ ਗਏ ਤੇ ਬੜੇ ਸਮੇਂ ਬਾਅਦ ਆਏ। ਜਦੋਂ ਆਏ ਤੇ ਬਾਬਾ ਜੀ ਬੜੇ ਖੁਸ਼ ਹੋਏ, ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਖਰਬੂਜੇ ਬੜੀ ਦੇਰ ਬਾਅਦ ਖਾਧੇ, ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਰਬੂਜੇ ਬੜੀ ਦੇਰ ਬਾਅਦ ਖਾਧੇ ਆ,
ਤੇ ਬੜੇ ਮਿੱਠੇ ਆ, ਬੜੇ ਸਵਾਦ ਆਏ। ਬਈ ਤੁਹਾਡੀ ਹਾਜ਼ਰੀ ਲੱਗੀ, ਹੁਣ ਗੰਢ ਪੈ ਗਈ ਤੁਹਾਡੀ ਗੁਰੂ ਨਾਨਕ ਨਾਲ। ਇਹ ਹੁਣ ਖਰਬੂਜੇ ਹੁਣ ਖੁਆਏ ਹੋਏ ਖਾਲੀ ਨਹੀਂ ਜਾਂਦੇ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ, ਪਾਸ਼ੇ ਪਾਉਣਾ ਦੀਜੀਏ ਆਗੇ ਹੋਏ ਸੋ ਹੋਏ। ਕਹਿੰਦੇ ਨੇ ਰਾਜਾ ਵੈਦ ਗੁਰੂ ਜੋਤਸ਼ੀ, ਇਨਕੇ ਪਾਸ ਜੋ ਜਾਏ, ਖਾਲੀ ਹੱਥ ਨਾ ਜਾਈਏ, ਫਲ ਦੀਏ ਫਲ ਪਾਏ। ਕਹਿੰਦੇ ਖਾਲੀ ਹੱਥ ਨਾ ਜਾਓ ਮਹਾਂਪੁਰਸ਼ਾਂ ਦੇ ਕੋਲ, ਰਾਜੇ ਕੋਲ ਕੋਈ ਭੇਟਾ ਲੈ ਜਾਓ, ਵੈਦ ਕੋਲ, ਜੋਤਸ਼ੀ ਕੋਲ, ਗੁਰੂ ਕੋਲ, ਸੰਤਾਂ ਕੋਲ। ਖਾਲੀ ਹੱਥ ਨਾ ਜਾਓ, ਫਲ ਰੱਖੋਗੇ, ਫਲ ਹੀ ਲੈ ਕੇ ਆਓ। ਬਸ ਦੁਨਿਆਵੀ ਫਲਾਂ ਦੇ ਨਾਲ ਦਰਗਾਹੀ ਫਲ। ਫਿਰ ਬਾਬੇ ਨੇ ਕਿਹਾ ਵੀ ਹੁਣ ਖੇਵਟ ਨੇ ਨਦੀ ਪਾਰ ਲੰਘਾਈ, ਕਹਿੰਦੇ ਭਾਈ ਆਪਦੀ ਭੇਟਾ ਲੈਣਾ ਹੈ। ਕਹਿੰਦਾ ਜੀ ਭੇਟਾ ਤਾਂ ਮੈਂ ਲੈਣੀ ਜ਼ਰੂਰ, ਤੁਸੀਂ ਬਹੁਤ ਵੱਡੇ ਜੇ ਅਤੇ ਵੱਡੀ ਭੇਟਾ ਦਿਓ, ਫਿਰ ਛੋਟੀ ਨਹੀਂ। ਕਿੰਨੇ ਕੁ ਪੈਸੇ ਜ਼ਿਆਦਾ ਕਰਦੇ ਹੋ ਭਾਈ ਇਹਨੂੰ ਦੂਣੇ ਚੋਣੇ? ਨਹੀਂ ਮਹਾਰਾਜ, ਇਹ ਦਰਿਆ ਸੰਸਾਰ ਸਮੁੰਦਰ ਤੋਂ ਮੈਂ ਪਾਰ ਕੀਤਾ, ਤੁਹਾਨੂੰ ਇਸ ਦਰਿਆ ਦੁਨਿਆਵੀ ਦਰਿਆ ਤੋਂ ਮੈਂ ਪਾਰ ਕੀਤਾ ਏ, ਅਤੇ ਸੰਸਾਰ ਸਮੁੰਦਰ ਤੋਂ ਤੁਸੀਂ ਹੁਣ ਪਾਰ ਕਰਨਾ ਆ। ਇਸ ਦਰਿਆ ਤੋਂ ਮੈਂ ਪਾਰ ਕੀਤਾ ਮਹਾਰਾਜ ਤੁਹਾਨੂੰ, ਅਤੇ ਤੁਸੀਂ ਵੀ ਫਿਰ ਬਰਾਬਰ ਦੀ ਭੇਟਾ ਦਿਓ, ਇਹ ਸੰਸਾਰ ਸਾਗਰ ਤੋਂ ਮੈਨੂੰ ਪਾਰ ਕਰ ਦਿਓ। ਆਖੋ ਕਹਿੰਦੇ ਹਾਂ ਬਾਈ ਬਿਲਕੁਲ ਠੀਕ ਏ, ਤੂੰ ਜੋ ਕਿਹਾ ਬਿਲਕੁਲ ਠੀਕ ਏ। ਅੱਜ ਤੁਸੀਂ ਮੇਰੇ ਤੱਟ ਤੇ ਆਏ, ਕਿਨਾਰੇ ਤੇ ਮੈਂ ਤੁਹਾਨੂੰ ਦਾਰ ਦਰਿਆ ਪਾਰ ਕਰਾਇਆ, ਕੱਲ ਨੂੰ ਜਦੋਂ ਮੈਂ ਤੁਹਾਡੇ ਕੋਲ ਜਾਵਾਂ ਤੇ ਮੈਨੂੰ ਸੰਸਾਰ ਪਾਰ ਕਰ ਦਿਆ ਜਾ। ਕਹਿੰਦੇ ਹਾਂ ਬਾਈ ਠੀਕ ਏ, ਬਣਦੀ ਏ ਤੇਰੀ ਭੇਟਾ, ਬਣਦੀ ਏ, ਬਣਦੀ ਏ। ਮੈਂ ਇੱਥੋਂ ਦਾ ਮਣਾ, ਤੁਸੀਂ ਉੱਥੋਂ ਦੇ ਮਣਾ। ਜਦੋਂ ਦਰ ਤੇਰੇ ਆਵਾਂ, ਮੈਨੂੰ ਪਾਰ ਕਰਦੀ। ਆਖੋ ਸੀ ਹੇ ਸਤਿਗੁਰੂ ਜੀ, ਮੈਂ ਇੱਥੋਂ ਦਾ ਮਣਾ, ਤੁਸੀਂ ਉੱਥੋਂ ਦੇ ਮਣਾ। ਤੁਸੀਂ ਦਰ ਮੇਰੇ ਆਏ, ਮੈਂ ਪਾਰ ਕੀਤਾ, ਜਦੋਂ ਤੁਹਾਡੇ ਦਰ ਆਵਾਂ ਮੈਨੂੰ ਪਾਰ ਕਰੇ। ਤੇ ਫਿਰ ਕੀਤੀ ਗੁਰੂ ਸਾਹਿਬ ਨੇ ਕਿਰਪਾ, ਪਾਰ ਕੀਤਾ ਸੰਸਾਰ ਸਾਗਰ ਤੋਂ ਉਸਨੂੰ। ਇਹ ਫਲ ਖਰਬੂਜੇ ਦੁਨਿਆਵੀ ਖਾਕ, ਇਹ ਫਲ ਲੈ ਕੇ ਇਹਨਾਂ ਦੇ, ਤੇ ਫਿਰ ਉਹ ਫਲ ਦਿੱਤੇ। ਆਖੋ ਸੀ ਕਿਹੜੇ? ਆ ਬਾਬਾ ਈਸ਼ਵਰ ਸਿੰਘ ਦੇ ਫਲ ਦੇਖੋ ਤੁਸੀਂ। ਅੱਜ ਬਾਬਾ ਈਸ਼ਵਰ ਸਿੰਘ ਦੇ ਫਲ ਥਾਂ ਥਾਂ ਤੇ, ਇਹ ਧੰਨ ਬਾਬਾ ਕੁੰਦਨ ਸਿੰਘ ਜੀ ਉਹਨਾਂ ਦੀ ਵਾੜੀ ਦੇ ਫਲ ਨਹੀਂ, ਬਾਬਾ ਈਸ਼ਵਰ ਸਿੰਘ ਜੀ ਦੀ ਵਾੜੀ ਦੇ ਫਲ। ਇੱਥੋਂ ਲੰਘੇ ਸੰਗਤਾਂ ਸਮੇਤ ਇਲਾਕਾ ਹੀ ਤਾਂ ਰਾਹ ਪਵਿੱਤਰ ਕਰਕੇ, ਨਦੀਆਂ ਪਵਿੱਤਰ ਕਰਦੀਆਂ, ਇਲਾਕੇ ਪਵਿੱਤਰ ਕਰਦੇ, ਮਹਾਂਪੁਰਖਾਂ ਨੇ ਦਰਗਾਹੀ ਸ਼ਕਤੀਆਂ। ਬਾਬਾ ਕੁੰਦਨ ਸਿੰਘ ਜੀ ਦੇ ਅੰਤਮ ਦਰਸ਼ਨ ਕਰਨ ਵਾਸਤੇ ਬਾਬਾ ਦਇਆ ਸਿੰਘ ਜੀ ਆ ਗਿਆ। ਸੇਵਕਾਂ ਨੂੰ ਕਹਿਣ ਬਈ ਛੋੜ ਲਾ, ਰਾਹ ਬਣਾਓ, ਅਸੀਂ ਉਹਨਾਂ ਦੇ ਅੰਤਮ ਦਰਸ਼ਨ ਕਰਨੇ ਆ। ਸਾਰੇ ਜ਼ੋਰ ਲਾ ਹਟੇ, ਬਾਬਾ ਦਇਆ ਸਿੰਘ ਜੀ ਪਤਾ ਨਹੀਂ ਪਹੁੰਚੇ ਕਿ ਨਾ, ਬੜੀ ਮੁਸ਼ਕਿਲ ਜਾ ਕੇ ਜਾ ਉੱਥੋਂ ਹੀ ਮੱਥਾ ਡੇਗਦਾ, ਬਈ ਇੱਥੋਂ ਹੀ ਮੱਥਾ, ਇੰਨਾ ਹੀ ਬੜਾ ਇੱਥੋਂ ਆਪਾਂ ਨਹੀਂ ਪਹੁੰਚ ਸਕੇ, ਤੇ ਆ ਜਿਹੜੀਆਂ ਸੰਗਤਾਂ ਉਹਨਾਂ ਦਾ ਚਵੀਰਦਾ ਘੇਰੀ ਖਲੋਤੀਆਂ ਨਾ, ਤੇ ਉਹਨਾਂ ਨੂੰ ਹਿਰਦੇ ਚ ਵਸਾਈ ਬੈਠੀਆਂ ਚਕੋਰਾਂ ਵਰਗੀਆਂ, ਉਹਦੇ ਸਿੱਖ ਨੇ ਚਕੋਰਾਂ ਵਰਗੇ, ਗੁਰੂ ਸਾਡਾ ਚੰਦ ਵਰਗਾ, ਇਹ ਚੰਦ ਚਕੋਰਾਂ ਨੂੰ ਹੀ ਮੱਥਾ ਟੇਕ ਲੋ, ਇੱਥੋਂ ਹੀ ਆ, ਇਹੀ ਦਰਸ਼ਨ ਸਮਝੋ।
ਪੜ੍ਹ ਲਓ ਸਰ। ਉਹਦੇ ਸਿੱਖ ਨੇ ਚਕੋਰਾ ਮਰ ਗਏ, ਗੁਰੂ ਸਾਡਾ ਚੰਦ ਮਰ ਗਾ। ਪੜੋ ਵੀ ਸਾਰੇ, ਬੋਲੋ ਸਾਰੇ, ਪਾਓ ਗੂੰਜ। ਉਹਦੇ ਸਿੱਖ ਨੇ ਚਕੋਰਾ ਮਰ ਗਏ ਗੁਰੂ, ਬੋਲੋ ਸਾਰੀ ਉੱਚੀ ਉੱਚੀ ਬੋਲੋ, ਹਾਂ ਉੱਚੀ ਬੋਲੋ। ਸਾਰੇ ਬੋਲੋ ਉੱਚੀ ਬੋਲੋ, ਜ਼ੋਰ ਲਾ ਕੇ। ਚੰਦ ਚਕੋਰ ਪ੍ਰੀਤ ਹੈ, ਇਹ ਜੁੜੀ ਹੋਈ ਗੁਰੂ ਦੇ ਨਾਲ ਸੰਗਤ ਜਪਦੀ ਹੋਈ ਨਾਮ ਗੁਣ ਗਾਉਂਦੀ ਹੋਈ ਚੰਦ ਚਕੋਰ। ਇਹ ਸਾਰੇ ਚਕੋਰ ਚੰਦ ਚਕੋਰ ਨੇ, ਮਹਾਂਪੁਰਖ ਨਾ ਅੱਗੇ ਜਾ ਸਕੇ ਬਈ ਇਹਨਾਂ ਨੂੰ ਇੱਥੇ ਮੱਥਾ ਟੇਕ ਲਓ। ਬਾਬਾ ਕੁੰਦਨ ਸਿੰਘ ਦੇ ਦਰਸ਼ਨ ਹੋ ਗਏ, ਅੰਤਮ ਯਾਤਰਾ ਸਫਲ ਹੋ ਗਈ ਮਹਾਂਪੁਰਖ ਦੇ। ਸਾਰੀ ਸੰਗਤ ਨੂੰ ਨਮਸਕਾਰ ਕਰਕੇ ਮਹਾਂਪੁਰਖਾਂ ਨੇ ਕਿਹਾ ਬਸ ਇੱਥੋਂ ਹੀ ਟੇਕ ਲਓ ਮੱਥਾ। ਪੂਰਨ ਮਹਾਂਪੁਰਖਾਂ ਦੇ ਬਾਬਾ ਜੀ ਦੇ ਉਹ ਦਿਹਾੜੇ ਨੂੰ ਸਮਰਪਿਤ ਇਹ ਅੱਜ ਦਾ ਕੀਰਤਨ ਸੀ। ਇੱਥੋਂ ਬਾਬਾ ਜੀ ਦੇ ਪਾਲਕੀ ਲੰਘ ਜਾਣ ਦਾ ਸੱਤ ਤਰੀਕ ਨੂੰ ਮਹਾਂਪੁਰਸ਼ਾਂ ਦਾ ਅੱਠ ਨੂੰ ਜਦ ਜਲ ਪ੍ਰਵਾਹ ਹੋਇਆ ਸੀ, ਅੱਠ ਤਰੀਕ ਨੂੰ ਉਸੇ ਤਰ੍ਹਾਂ ਹੀ ਬਰਸੀ ਤੋਂ ਤੀਜੇ ਦਿਨ ਭੋਗ ਪੈ ਜਾਂਦਾ ਹੈ। ਕਿਤੇ ਅੱਠ ਤਰੀਕ ਆਉਂਦੀ, ਕਿਤੇ ਨੌ ਆਉਂਦੀ, ਤੇ ਅੱਜ ਐਤੀ ਨੌ ਤਰੀਕ ਹੈ। ਸੱਤ ਤਰੀਕ ਦੀ ਬਰਸੀ ਹੈ ਰਾਤ ਦੀ, ਨੌ ਨੂੰ ਸਵੇਰੇ ਭੋਗ ਨੇ, ਅੱਠ ਦੀ ਰਹਿਣ ਸਬਾਈ ਪੂਰੀ। ਹਰਜਸ ਤੇ ਸਮਾਪਤੀ ਜੀ ਹੈ ਧੰਨ ਗੁਰੂ ਹਰਜਸ ਗਾਇ। ਸੰਤ ਬਾਬਾ ਸੁਖਦੇਵ ਸਿੰਘ ਜੀ ਸ਼੍ਰੀ ਭੁੱਚੋ ਸਾਹਿਬ ਵਾਲਿਆਂ ਦੀਆਂ ਹੋਰ ਵੀ ਨਵੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ।